ਚੋਣਾਂ ਦੇ ਮੌਸਮ 'ਚ ਡੇਰਿਆਂ ਅਤੇ ਸਿੱਖ ਜਥੇਬੰਦੀਆਂ ਵਿਚਾਲੇ ਅਕਸਰ ਹੀ ਟਕਰਾਅ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ। ਪੰਜਾਬ ਵਿੱਚ ਡੇਰਾਵਾਦ ਦੀ ਭਰਮਾਰ ਹੈ ਤੇ ਇਹੀ ਡੇਰੇ ਪੰਜਾਬ ਦੀ ਸਿਆਸਤ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਨੇ। ਸਿੱਖ ਪੰਥ ਲਈ ਡੇਰਾ ਸੱਚਾ ਸੌਦਾ ਸਿਰਸਾ ਅੱਖ ਦੀ ਉਹ ਰੜਕ ਹੈ ਜੋ ਕਦੇ ਵੀ ਨਹੀਂ ਮੁੱਕਣੀ, ਕਿਉਂਕਿ ਡੇਰਾ ਸਿਰਸਾ ਮੁਖੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਇਲਜ਼ਾਮ ਜੋ ਨੇ। ਮੁਹਾਲੀ ਨਜ਼ਦੀਕ ਪਨੂੜ ਵਿੱਚ ਡੇਰਾ ਸਿਰਸਾ ਦੇ ਸਮਰਥਕਾਂ ਤੇ ਕੁਝ ਸਿੱਖ ਜਥੇਬੰਦੀਆਂ ਵਿੱਚ ਐਤਵਾਰ ਦੀ ਸ਼ਾਮ ਟਕਰਾਅ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਨਾਮ ਚਰਚਾ ਵਿੱਚ ਜਾ ਰਹੇ ਕੁਝ ਪਰਿਵਾਰਾਂ ਨੂੰ ਰੋਕਿਆ ਜਾ ਰਿਹਾ ਸੀ, ਜਿਸ ਤੋਂ ਬਾਅਦ ਵਿਵਾਦ ਹੋਰ ਜ਼ਿਆਦਾ ਪੱਕ ਗਿਆ। ਦੋਵੇਂ ਧਿਰਾਂ ਇੱਕ ਦੂਜੇ ਨਾਲ ਧੱਕਾ ਮੁੱਕੀ ਹੋ ਗਈਆਂ, ਜਿਸ ਕਾਰਨ ਮੌਕੇ ਤੇ ਭਾਰੀ ਪੁਲਿਸ ਬਲ ਤੈਨਾਤ ਕਰਨਾ ਪਿਆ। ਬੰਦੇ ਫੜੇ ਹੋਏ ਨੇ, ਜੇਲ੍ਹਾਂ ਵਿੱਚ ਡੱਕੇ ਹੋਏ ਨੇ। ਸਤਸ਼੍ਰੀ ਅਕਾਲ, ਆਪ ਕਤਲ ਦੇ ਕੇਸ ਵਿੱਚ ਬਲਾਤਕਾਰ ਦੇ ਦੋਸ਼ ਵਿੱਚ ਉਹ ਜਿਹੜਾ ਹੈ ਸਜ਼ਾ ਜਿਹੜਾ ਉਮਰ ਕੈਦ ਦੀ ਭੁਗਤ ਰਿਹਾ ਤੇ ਉਹਦੇ ਬਾਵਜੂਦ ਮਤਲਬ ਹੁਣ ਪੰਜਾਬ ਦਾ ਮਾਹੌਲ ਉਸ ਤੋਂ ਬਾਅਦ ਬੜਾ ਸ਼ਾਂਤ ਸੀਗਾ। ਹੁਣ ਵੋਟਾਂ ਦਾ ਟਾਈਮ ਆ ਗਿਆ, ਚੋਣ ਜਾਬਤਾ ਲੱਗਿਆ ਹੋਇਆ। ਚੋਣ ਜਾਬਤੇ ਦੇ ਵਿੱਚ ਸਭ ਤੋਂ ਪਹਿਲੀ ਗਲਤੀ ਹੈ ਡੀਸੀ ਮੋਹਾਲੀ ਦੀ। ਡੀਸੀ ਮੋਹਾਲੀ ਨੇ ਕਿਹੜੇ ਹਿਸਾਬ ਨੇ ਉਹਨੂੰ ਪਰਮਿਸ਼ਨ ਦਿੱਤੀ ਕਿ ਉਹ ਜਿਹੜਾ ਪ੍ਰੋਗਰਾਮ ਕਰਵਾ ਲੈਣ? ਅਸੀਂ ਡੀਸੀ ਮੋਹਾਲੀ ਨਾਲ ਗੱਲ ਕੀਤੀ, ਉਹ ਕਹਿੰਦੀ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ। ਉਸ ਤੋਂ ਬਾਅਦ ਇਲੈਕਸ਼ਨ ਆਫਿਸਰ, ਸਾਡੇ ਕੋਲ ਰਿਕਾਰਡਿੰਗ ਨੇ ਸਾਰਿਆਂ ਦੀਆਂ, ਇਲੈਕਸ਼ਨ ਆਫਿਸਰ ਨਾਲ ਜਿਹੜਾ ਈਓ ਉਹਦੇ ਨਾਲ ਗੱਲ ਕੀਤੀ ਗਈ ਕਿ ਈਓ ਸਾਹਿਬ ਤੁਹਾਡੇ ਇਲਾਕੇ ਵਿੱਚ ਇਕੱਠ ਹੋ ਰਿਹਾ ਡਾ ਵੱਡਾ, ਕਿਉਂਕਿ ਚੋਣ ਮੁਹਿੰਮ ਦੇ ਵਿੱਚ ਕੋਈ ਧਾਰਮਿਕ ਸਮਾਗਮ ਨਹੀਂ ਹੁੰਦਾ ਇਕੱਠ, ਤੇ ਈਓ ਨੂੰ ਉਹਦੀ ਜਾਣਕਾਰੀ ਹੋਣੀ ਜ਼ਰੂਰੀ ਹੈ ਵੀ ਇਕੱਠ ਧਾਰਮਿਕ ਹੈ, ਇਕੱਠ ਪ੍ਰੋਪਰਟੀ ਆਪਣਾ ਪੋਲੀਟੀਕਲ ਹੈ ਕੀ ਹੈ, ਤੇ ਉਹਨੂੰ ਜਾਣਕਾਰੀ ਹੈ ਹੀ ਨਹੀਂ ਵੀ ਕਾਹਦਾ ਇਕੱਠ ਹੋ ਰਿਹਾ, ਉਹ ਤੇ ਬੇਹਿਸਾਬਾ ਇਕੱਠ ਜਿਹਨੇ ਕੀਤਾ ਹੋਇਆ। ਇਸ ਨੇ ਦੋਵਾਂ ਧਿਰਾਂ ਨੂੰ ਸਮਝਾ ਕੇ ਕੁਝ ਮਾਮਲਾ ਸ਼ਾਂਤ ਕਰਵਾਇਆ ਤਾਂ ਪਤਾ ਚੱਲਿਆ ਕਿ ਕੁਝ ਨਿੰਗ ਸਿੰਘ ਜਥੇਬੰਦੀਆਂ ਨਾਮ ਚਰਚਾ ਦਾ ਵਿਰੋਧ ਕਰ ਰਹੀਆਂ ਸਨ, ਜਿਸ ਮਗਰੋਂ ਦੋਵੇਂ ਧਿਰਾਂ ਆਮੋ ਸਾਹਮਣੇ ਹੋ ਗਈਆਂ। ਡੇਰਾ ਸਿਰਸਾ ਦੇ ਸਥਾਪਨਾ ਮਹੀਨੇ ਨੂੰ ਮੁੱਖ ਰੱਖਦੇ ਹੋਏ ਪਿੰਡ ਹਵੇਲੀ, ਪਨੂੜ, ਚੰਡੀਗੜ੍ਹ ਤੇ ਮੋਹਾਲੀ ਜ਼ਿਲ੍ਹੇ ਦੇ ਸਾਰੇ ਬਲਾਕਾਂ ਵੱਲੋਂ ਸਾਂਝੀ ਨਾਮ ਚਰਚਾ ਕਰਵਾਈ ਜਾ ਰਹੀ ਸੀ, ਪਰ ਕੁਝ ਸਿੱਖ ਜਥੇਬੰਦੀਆਂ ਇਸ ਦਾ ਵਿਰੋਧ ਕਰ ਰਹੀਆਂ ਨੇ, ਕਿਉਂਕਿ ਇਸ ਨਾਮ ਚਰਚਾ ਦੌਰਾਨ ਹੀ ਡੇਰਿਆਂ ਤੋਂ ਸਿਆਸਤ ਨੂੰ ਵੀ ਵਿਖਾਇਆ ਜਾਂਦਾ ਹੈ। ਕਿਸ ਉਮੀਦਵਾਰ ਨੂੰ ਕਿਸ ਪਾਰਟੀ ਨੂੰ ਵੋਟ ਪੈਣੀ ਹੈ ਇਹਨਾਂ ਸਮਿਆਂ 'ਚ ਹੀ ਐਲਾਨ ਕੀਤਾ ਜਾਂਦਾ ਹੈ। ਇਸ ਲਈ ਪ੍ਰਸ਼ਾਸਨ ਨੂੰ ਚੋਣ ਜ਼ਾਬਤੇ ਦੀ ਮਰਿਆਦਾ ਰੱਖਦੇ ਹੋਏ ਅਜਿਹੇ ਪ੍ਰੋਗਰਾਮ ਰੋਕਣੇ ਚਾਹੀਦੇ ਨੇ। ਮੋਹਾਲੀ ਤੋਂ ਗੁਰਦੀਪ ਬੈਣੀਪਾਲ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, US, UK ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ? ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ, ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਓਰ ਕਰੋ। ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ੍ਹ ਚੁੱਕੇ ਹਨ, ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ।